are watching Channel Y. Channel Y, a South Asian Canadian channel. Channel Y ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਰੇਸ਼ ਸ਼ਰਮਾ, ਤੁਹਾਨੂੰ ਬੜੀ ਖਬਰ ਹੈ ਜਿਹੜੀ ਬਠਿੰਡੇ ਦੀ, ਜਿੱਥੇ ਅੱਜ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ। ਉੱਥੇ ਜਿੱਥੇ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਉੱਭਰ ਕੇ ਅੱਗੇ ਆ ਰਹੀਆਂ ਤੇ ਵੱਡਾ ਯੋਗਦਾਨ ਅੱਜ ਬਠਿੰਡਾ ਸ਼ਹਿਰ ਦੇ ਦਰਸ਼ਨ ਤਰਸੇਮ ਗਰਗ ਨੇ ਵੱਡਾ ਯੋਗਦਾਨ ਪਾਇਆ, ਸਾਡੇ ਨਾਲ ਆ, ਅਸੀਂ ਗੱਲਬਾਤ ਕਰਾਂਗੇ। ਤੇ ਇਹਨਾਂ ਨੇ ਆਪਣੀ ਜਿਹੜੀਆਂ ਦੁਕਾਨਾਂ ਸੀ, ਮਾਰਕੀਟ ਸੀ, ਦੋ ਮਾਰਕੀਟਾਂ ਬਣੀਆਂ ਹੋਈਆਂ ਸੀ, 24 ਦੁਕਾਨਾਂ ਦਾ ਕਿਰਾਇਆ ਮਾਫ਼ ਕਰਤਾ ਜਿੰਨਾ ਚਿਰ ਇਹ ਕਰਫਿਊ ਜਾਰੀ ਰਹੂਗਾ। ਤੇ ਦੁਕਾਨਦਾਰ ਆ ਜਿਹੜੇ ਖੁਸ਼ੀ ਦੀ ਲਹਿਰ ਆ ਉਹਨਾਂ ਦੇ ਪਾਈ ਜਾ ਰਹੀ ਆ, ਖੁਸ਼ ਆ ਦੁਕਾਨਦਾਰ, ਕਿਉਂਕਿ ਇੱਕ ਤਾਂ ਕੰਮ ਬੰਦ ਹੋ ਗਿਆ, ਦੂਜਾ ਕਿਰਾਇਆ। ਇੱਕ ਹੋਰ ਦੱਸੀਏ, ਪੰਜਾਬ ਦੇ ਵਪਾਰ ਮੰਡਲ ਦੇ ਪ੍ਰਧਾਨ ਵੀ ਇਹ ਤੇ ਉਹ ਵੀ ਕਿਰਾਏਦਾਰ ਆ ਇਹਨਾਂ ਦੇ, ਉਹਨਾਂ ਦਾ ਵੀ ਕਿਰਾਇਆ ਮਾਫ਼ ਕੀਤਾ ਗਿਆ। ਤੇ ਲੋਕਾਂ ਨੂੰ ਵੱਧ ਚੜ ਕੇ ਇਹ ਹਿੱਸਾ ਲੈ ਰਹੇ ਆ, ਜਿੰਨਾ ਵੀ ਖਾਣ ਪੀਣ ਦੇ ਵਿੱਚ ਹੋਵੇ, ਰਾਸ਼ਨ ਹੋਵੇ, ਉਹ ਮੁਹੱਈਆ ਕਰਾ ਰਹੇ ਆ। ਗੱਲਬਾਤ ਕਰਦੇ ਆ ਕਿਵੇਂ ਇਹਨਾਂ ਦੇ ਜ਼ਿਹਨ ਦੇ ਵਿੱਚ ਆਇਆ। ਇੱਕ ਤਾਂ ਬਾਈ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ, ਕੀ ਕਹਿਣਾ ਚਾਹੋਗੇ ਤਰਸੇਮ ਜੀ? ਜਿਹੜਾ ਇਹ ਪਹਿਲੇ ਦੱਸਿਆ ਵੀ ਜਿਹੜਾ ਟੈਨੈਂਟ ਅਤੇ ਮਾਲਕ ਦਾ ਮਕਾਨ ਹੈ, ਰਿਸ਼ਤਾ ਹੈ, ਖੂਨ ਦਾ ਰਿਸ਼ਤਾ ਹੈ ਜੀ। ਤੇ ਜਦੋਂ ਮੈਨੂੰ ਪਤਾ ਲੱਗਿਆ ਕੋਰੋਨਾ ਵਾਇਰਸ ਕਰਕੇ ਗਾਹਕ ਨਹੀਂ ਆ ਰਿਹਾ, ਉਦੋਂ ਕਰਫਿਊ ਲੱਗ ਗਿਆ, ਉਹਨਾਂ ਨੂੰ ਕਿਰਾਇਆ ਮਹੀਨੇ ਦਾ ਮਾਫ਼ ਕਰਤਾ ਸੀ। ਕਰਫਿਊ ਲੱਗਣ ਦਾ ਤੁਹਾਨੂੰ ਕਹਿੰਦੇ ਇਨਡੈਫੀਨੇਟ, ਕੋਈ ਕਿਰਾਇਆ ਨਹੀਂ ਲੈਣਾ। ਤੇ ਬਾਕੀ ਜਿਹੜਾ ਦੇਸ਼ ਤੇ ਆਪ ਦਾ ਐਡੀ ਵੱਡੀ ਹੈਗੀ ਹੈ, ਕੋਈ ਰਾਸ਼ਨ ਦੀ ਲੋੜ ਹੈ ਗਰੀਬਾਂ ਨੂੰ, ਕਮਿਸ਼ਨਰ ਸਾਹਿਬ ਨਾਲ ਵੀ ਰਲ ਕੇ ਉਹਨਾਂ ਨੂੰ ਰਾਸ਼ਨ ਦਿੱਤਾ, ਸਹਾਰਾ ਲੈਣ ਦਿੱਤਾ। ਤੁਹਾਡੇ ਥਰੂ ਵੀ ਕਹਿੰਦਾ, ਜਿਹਨੇ ਤੁਹਾਨੂੰ ਕੋਈ ਗਰੀਬ ਮਿਲ ਜਾਵੇ, ਜ਼ਰੂਰ ਤੁਹਾਨੂੰ ਰਾਸ਼ਨ ਵਾਲਾ ਹੋਵੇ, ਤੁਸੀਂ ਮੇਰਾ ਟੈਲੀਫੋਨ ਨੰਬਰ ਦੇ ਦਿਓ, ਤੁਸੀਂ ਲੋੜ ਨਹੀਂ, ਮੈਨੂੰ ਆ ਕੇ ਕਹਿ ਦਿਓ 100 ਪੈਕਟ ਬਣਵਾ ਦਿਓ, ਮੈਂ ਤੁਹਾਨੂੰ ਬਣਵਾ ਕੇ ਦੇ ਦੂੰਗਾ, ਤੁਸੀਂ ਡਿਸਟ੍ਰੀਬਿਊਟ ਕਰ ਦਿਓ। ਬਿਲਕੁਲ ਜੀ, ਇਹਨਾਂ ਕੋਲ ਕੋਈ ਵੀ ਸ਼ਖਸ ਆ ਕੇ, ਚਾਹੇ ਸੰਸਥਾ ਵਾਲੇ ਆ, ਚਾਹੇ ਸਰਕਾਰੀ ਅਫਸਰ ਆ, ਜਾ ਕੇ ਕੋਈ ਸਹਾਇਤਾ ਦੀ ਮੰਗ ਕਰਦੇ ਆ ਤੇ ਉਹਨਾਂ ਨੂੰ ਦਿੰਦੇ ਆ। ਇਹ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਸਹਾਰਾ ਜਨ ਸੇਵਾ ਵਾਲਿਆਂ ਨੇ, ਪ੍ਰਧਾਨ ਨੇ ਆ ਕੇ ਇਹਨਾਂ ਨਾਲ ਗੱਲ ਕੀਤੀ ਤੇ ਇਹਨਾਂ ਨੇ ਰਾਸ਼ਨ ਦੇ ਪੈਕਟ ਬਣਾ ਕੇ ਉਹ ਸ਼ਹਿਰ ਦੇ ਵਿੱਚ ਵੰਡੇ ਜਾ ਰਹੇ ਆ, ਉਹਨਾਂ ਬਸਤੀਆਂ ਦੇ ਵਿੱਚ ਜਿੱਥੇ ਰਾਸ਼ਨ ਨਹੀਂ ਪਹੁੰਚਿਆ। ਮੈਂ ਨਰੇਸ਼ ਸ਼ਰਮਾ, ਚੈਨਲ ਵਾਈ ਬਠਿੰਡਾ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।